ਲਓ ਜੀ ਪਈ ਹੈ ਵੇਖੋ ਚਾਰ ਚੁਫੇਰੇ ਸੌਦਾ ਹੀ ਸੌਦਾ ਜੇ ਤੇ ਉਹ ਵੇਖੋ ਡੰਗਰ ਭਾਈ ਦੋ ਚਾਰ ਜਿਹੜੇ ਨੇ ਮੂੰਹ ਧੋ ਕੇ ਲੱਗੇ ਹੁੰਦੇ ਜੋ ਮੋਟਰ ਦੇ ਉੱਪਰ ਸਵਾਦ ਚੰਗਾ ਉਂਝ। ਹਾਂਜੀ ਇਹ ਵੇਖੋ ਜਨਾਬ ਇੱਕ ਰੈਸ਼ ਜਿਹੜੀ ਹੈ ਮਿਲੀ ਹੋਈ ਹੈ ਜਿਹਦਾ ਬੜਾ ਹੀ ਸਵਾਦ ਹੈ। ਇਹ ਪਾਣੀ ਸ਼ਾਣੀ ਪੀਣ ਵਾਸਤੇ ਟੈਂਕੀ ਹੈ ਪਰ ਪਾਣੀ ਕੋਈ ਨਹੀਂ ਜੀ ਇਹਦੇ ਵਿੱਚ। ਹਾਂਜੀ ਇਹ ਵੇਖਾਂ ਇਹ ਭਾਈ ਸਾਡੇ ਬੈਠੇ ਹੋਏ ਨੇ ਡਿੰਕੀ ਲਾਉਣ ਵਾਲੇ, ਇਹਨਾਂ ਕੋਲ ਇੰਟਰਵਿਊ ਲੈਂਦੇ ਹਾਂ ਕਿ ਇਹ ਲਾਈਫ ਦੇ ਵਿੱਚ ਦੁਬਾਰਾ ਡੰਕੀ ਕਿਸ ਟਾਈਮ ਲਾਉਣਗੇ ਜਾਂ ਦੂਜਿਆਂ ਨੂੰ ਕੀ ਆਖਣਗੇ। ਹਾਂਜੀ ਭਾਈ ਜਾਨ ਡੰਕੀ ਤੁਸੀਂ ਲਾ ਰਹੇ ਹੋ ਤੇ ਮਜ਼ਾ ਵੀ ਅਛਣਾ ਪਿਆ ਨੇ? ਮਜ਼ਾ ਬਹੁਤ ਮਜ਼ਾ ਅਛਣਾ ਪਿਆ ਭਰਾਵਾ, ਬੜਾ ਹੀ ਮਜ਼ਾ ਆਉਂਦਾ ਪਿਆ। ਤੇ ਬਾਕੀ ਇਨਸ਼ਾਅੱਲਾ ਇਹ ਵੇ ਕਿ ਅੱਲਾ ਪਾਕ ਖੈਰੀ ਸਲਾਮਤੀ ਪਹੁੰਚਾਵੇ ਤੇ ਫਿਰ ਦੂਸਰੇ ਭਰਾਵਾਂ ਨੂੰ ਆਖਾਂਗੇ। ਬਹੁਤ ਹੀ ਸੌਖਾ ਰਾਹ ਜੇ, ਬਹੁਤ ਹੀ ਈਜ਼ੀ ਹੈ, ਕੋਈ ਮਸਲਾ ਕੋਈ ਨਹੀਂ। ਤੇ ਉੱਥੋਂ ਆਓ ਜਿੰਨੇ ਵੀ ਭਰਾ ਆਓ, ਕੋਈ ਘਰ ਦੇ ਵਿੱਚ ਨਾ ਰਵੇ ਜਿਹੜੇ ਨਹੀਂ ਨਾ ਸੁੱਤੇ ਉੱਠਦੇ ਸੁਬਹ ਆਉਂਦੇ ਨੇ ਮਾਵਾਂ ਦੀਆਂ, ਪੁੱਤਰ ਉੱਠ ਰੋਟੀ ਪੱਕ ਗਈ ਆ ਠੰਡੀ ਹੋ ਜਾਣੀ ਆ ਖਾ ਲੈਂਦੇ ਤੇ ਅੱਗੋਂ ਮਾਵਾਂ ਨੂੰ ਉਤਰਾਉਂਦੇ ਨੇ ਉੱਠ ਪੈਂਦਾ ਵਾ। ਉਹਨਾਂ ਨੂੰ ਖਾਸ ਕਰਕੇ ਆਉਣਾ ਚਾਹੀਦਾ, ਉਹਨਾਂ ਲਈ ਬਹੁਤ ਅੱਛੀ ਹੈ ਡੈਂਕੀ, ਲਾਜ਼ਮੀ ਹੈ। ਉਹ ਇੱਥੇ ਫਿਰ ਮਾਵਾਂ ਨੂੰ ਯਾਦ ਕਰ ਦਿੰਦੇ ਆਉਂਦੇ ਨੇ, ਯਾ ਅੱਲਾ ਇੱਕ ਵਾਰੀ ਮੈਂ ਵਾਪਸ ਟੁਰ ਜਾਵਾਂ ਘਰ ਤੇ ਫਿਰ ਮੈਂ ਟਾਈਮ ਨਾਲ ਹਰ ਇੱਕ ਕੰਮ। ਤੇ ਪਾਣੀ ਇਹ ਗੈਲਣਾ ਵਿੱਚ ਪੀਣਾ ਹੁੰਦਾ ਲੂਣਾ ਪਾਣੀ ਜਿਹੜਾ ਪਾਣੀ ਹੈ, ਬਹੁਤ ਹੈ ਆਬੇ ਹਯਾਤ ਹੈ, ਆਬੇ ਸਮਸਮ ਹੈ, ਬਹੁਤ ਹੀ ਅੱਛਾ ਪਾਣੀ ਹੈ, ਆਬੇ ਨਮਕੀਨ, ਆਬੇ ਨਮਕੀਨ ਪੀਓਗੇ ਬਹੁਤ। ਹਾਂਜੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਦੋਸਤਾਂ ਨੂੰ? ਮੈਂ ਕਹਿਣਾ ਚਾਹਾਂਗਾ ਕਿ ਕੰਮ ਬੜਾ ਜਿਹੜਾ ਆਸਾਨ ਜੇ, ਜ਼ਰੂਰ ਆਵਿਓ, ਜ਼ਰੂਰ ਆਵਿਓ, ਕਿਉਂਕਿ ਮਾਂ ਪਿਓ ਆਪਣੇ ਨੂੰ ਜਿਹੜਾ ਨਾ ਮਿਲ ਗਿਲ ਕੇ ਆਵਿਓ, ਜ਼ਿੰਦਗੀ ਦਾ ਪਤਾ ਨਹੀਂ ਰਾਤ ਨਾ ਕਿਸੇ ਨੂੰ ਕਰਕੇ ਆਇਓ। ਤੇ ਆਉਣ ਤੋਂ ਪਹਿਲੇ ਇਹ ਵੀ ਦੱਸ ਦਿਓ ਕਿ ਘਰ ਜਿਹੜੀਆਂ ਪੌੜੀਆਂ ਨੇ ਨਾ ਸੀੜੀਆਂ ਉਹਦੇ ਉੱਤੇ ਰੋਜ਼ ਦੇ 150 ਚੱਕਰ ਲਾਏ ਹੇਠ ਉੱਤੇ ਤਾਂ ਉਹ ਬੰਦਾ ਪੀੜਾ ਹੋ ਸਕਦਾ, ਕਰਕੇ ਆਓ ਤੇ ਫਿਰ ਪਹੁੰਚੋ ਦੇ ਲਾ। ਹਾਂਜੀ ਜੀ ਭਾਈ ਸਾਹਿਬ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹੋ? ਚਲੋ ਸਾਰਿਆਂ ਨੂੰ ਸਲਾਮ ਦੇ ਲਵੋ ਫਿਰ। ਮਾਰ ਮਾਰ ਬੁਣ ਚ ਬਾਂਦ ਹੱਥ ਚ ਵਾਸ਼ਰੂਮ ਜੇ ਚੰਗਾ ਬੇਹਤਰੀਨ ਵਾਸ਼ਰੂਮ ਹੈ ਜਨਾਬ, ਹਰ ਬੰਦੇ ਨੇ ਇੱਥੇ ਪਿਸ਼ਾਬ ਕਰਨਾ ਹੁੰਦਾ, ਬਗੈਰ ਪਾਣੀ ਤੋਂ ਵੱਟੇ ਪਏ ਨੇ ਉਹ ਹੀ ਲਾਣੇ ਹੁੰਦੇ ਨੇ। ਇਹ ਵੀ ਇੱਕ ਵਾਸ਼ਰੂਮ ਹੈ, ਬੜਾ ਜ਼ਬਰਦਸਤ ਰੂਮ ਹੈ ਰਹਿਣ ਵਾਸਤੇ, ਇੱਥੇ ਹੀ ਸਵਾਦ ਆਉਂਦਾ ਜੇ ਤੇ ਹਰ ਬੰਦੇ ਨੇ ਇੱਥੇ ਸੌਣਾ ਹੁੰਦਾ। ਹਾਂਜੀ ਇਹ ਵੇਖੋ ਇਹ ਕਮਾਲ ਦੀਆਂ ਜਨਾਬ ਜਗ੍ਹਾ ਨੇ। ਹਾਂਜੀ ਬਾਈ ਤੁਹਾਰੇ ਪਾਸ ਪੈਸਾ ਨਹੀਂ ਹੈ, ਮੂੰਹ ਥੱਲੇ ਕਰ ਲਿਆ ਕਰ ਯਾਰ, ਉੱਤੇ ਉਹ ਪਾ ਲਿਆ ਕਰੀ ਨਾ ਕੌਲਾ ਜਿਹਾ। ਸ਼ੇਰਦਿਲ ਪੰਜਾਬੀ ਜਿਹੜੇ ਨੇ ਉਹ ਆਪਣਾ ਆਪਣਾ ਮਨਸਬ ਸੰਭਾਲੇ ਬੈਠੇ ਹੋਏ ਨੇ, ਇਹ ਸਾਰੇ ਭਾਈ ਜਿਹੜੇ ਨੇ ਯੂਰਪ ਵਾਲਿਆਂ ਨੂੰ ਹਦਾਇਤ ਦੇਣ ਚੱਲੇ ਨੇ। ਹਾਂਜੀ ਤੇ ਇਹ ਵੇਖੋ ਹਰ ਬੰਦਾ ਜਿਹੜਾ ਨਾ ਉਹਨੂੰ ਚਾਹੀਦਾ ਕਿ ਉਹ ਆਵੇ ਡਿੰਕੀ ਲਾਉਣ ਵਾਸਤੇ। ਕਿਉਂ ਭਾਈ ਸਾਹਿਬ ਕੀ ਪੈਗਾਮ ਦੇਣਾ ਚਾਹੁੰਦੇ ਹੋ ਤੁਸੀਂ? ਕਿੰਨੀ ਦੇਰ ਜਲਦੀ ਆ ਜਾਣਾ ਚਾਹੀਦਾ, ਹਰ ਸੂਰਤ ਚ ਆਉਣਾ ਚਾਹੀਦਾ। ਹਾਂਜੀ ਸਾਡਾ ਬਿਸਤਰ ਹੈ, ਅੱਧਾ ਥੱਲੇ ਅੱਧਾ ਉੱਤੇ ਤੇ ਇਹ ਨਾਲ ਜਨਾਬ ਜੋ ਸ਼ੈ ਖਾਣੀ ਪੀਣੀ ਹੈ ਉਹ ਹਰ ਚੀਜ਼ ਇੱਥੇ ਪਈ ਹੋਈ ਜੇ। ਤੇ ਇੱਥੇ ਜਿਹੜੇ ਫੁੱਦੀ ਲੱਤ ਲੈਣੀ ਦਿਆ ਕੇ ਰਹਿੰਦੇ ਨੇ ਕਿਸੇ ਵੀ ਕਦੀ ਸਫਾਈ ਨਹੀਂ ਕੀਤੀ, ਤੇ ਅੱਜ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਜਿਹੜਾ ਬੰਦਾ ਆਪਣੇ ਇਲਾਕੇ ਦਾ ਡਾਊਨ ਹੈ ਨਾ ਕਹਿੰਦਾ ਮੈਂ ਬੜਾ ਬਦਮਾਸ਼ ਹਾਂ, ਉਹ ਡਿੰਕੀ ਜ਼ਰੂਰ ਲਾਏ ਇੱਕਦਮ।